ਸਾਡੇ ਮਾਨਯੋਗ ਸੀਐਮ ਸਾਹਿਬ ਦਾ ਤੇ ਬੜੇ ਕਲੀਅਰ ਆਰਡਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਉਸੇ ਸਿਲਸਿਲੇ 'ਚ ਅਸੀਂ ਅੱਜ ਡਰੱਗ ਅਵੇਅਰਨੈਸ ਕੈਂਪੇਨ ਦਾ ਪ੍ਰੋਗਰਾਮ ਕਰ ਰਹੇ ਹਾਂ। ਕੀਤਾ ਵੀ ਵਾਰ ਮੈਮੋਰੀਅਲ ਜਾ ਰਿਹਾ, ਸੋ ਦੈਟ ਬੱਚਿਆਂ ਨੂੰ ਇੱਕ ਪੈਟਰੀਓਟਿਕ ਆਪਣੇ ਦੇਸ਼ ਭਗਤੀ ਦਾ ਜਜ਼ਬਾ ਆਵੇ। ਔਰ ਇਹ ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਅਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ, ਤਾਂ ਉਹਦੇ 'ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹਦੇ 'ਚ ਚੀਜ਼ ਐਡ ਕੀਤੀ ਹੈ, 'ਚ ਫਲੈਗ ਅੱਜ ਰਿਲੀਜ਼ ਹੋਏਗਾ ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ 'ਤੇ ਲਵਾਉਣਗੇ ਜਾਂ ਜਿਹੜੇ ਪਾਰਟੀਸਪੈਂਟਸ ਨੇ। ਇਸ ਤੋਂ ਇਲਾਵਾ ਸਟਿੱਕਰ ਹੈ ਜਿਹੜੇ ਆਪਣੇ ਆਪਣੇ ਵਹੀਕਲ 'ਤੇ ਲਾਉਣਗੇ। ਉਹਦੇ ਨਾਲ ਕੀ ਹੈ ਕਿ ਇਹਦੀ ਸਸਟੇਨੇਬਿਲਟੀ ਲਗਾਤਾਰ ਤਾਂ ਬਣੀ ਰਹੇਗੀ, ਤੁਹਾਨੂੰ ਇੱਕ ਮੁਹਿੰਮ ਦਿਖੇਗੀ। ਔਰ ਇਹ ਚੀਜ਼ਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਥਾਣਿਆਂ 'ਚ ਵੀ ਰੱਖਾਂਗੇ, ਜਿਵੇਂ ਜਿਵੇਂ ਪਬਲਿਕ ਆਉਂਦੀ ਉਹਨਾਂ ਨੂੰ ਮੋਟੀਵੇਟ ਕਰਕੇ ਇਹ ਚੀਜ਼ ਤੁਹਾਨੂੰ ਦਿਖੇਗੀ ਸਾਰੀ ਜਗ੍ਹਾ। ਅਤੇ ਆਹ ਫਲੈਗ ਜੇ ਮੈਂ ਆਪਣੇ ਘਰ ਦੇ ਉੱਤੇ ਲਾ ਲਿਆ, ਐਟਲੀਸਟ ਮੇਰੇ ਮਨ 'ਤੇ ਇੱਕ ਪ੍ਰੈਸ਼ਰ ਹੈ ਕਿ ਮੈਂ ਨੋ ਟੂ ਡਰੱਗਸ। ਸੋ ਉਸ ਚੀਜ਼ ਨੂੰ ਅਸੀਂ ਮੁੱਖ ਉਦੇਸ਼ ਰੱਖਿਆ। ਇਹ 'ਚ ਬੱਚਿਆਂ ਦੇ ਐਂਟਰਟੇਨਮੈਂਟ ਅਤੇ ਮੋਟੀਵੇਸ਼ਨ ਵਾਸਤੇ ਗੁਰਨਾਮ ਭੁੱਲਰ ਜਿਹੜੇ ਸਿੰਗਰ ਐਂਡ ਐਕਟਰ ਹੈ ਉਹਨੂੰ ਵੀ ਬੁਲਾਇਆ, ਬਾਕੀ ਸਾਡੇ ਲੀਗਲ ਕੁਛ ਬੰਦੇ ਨੇ, ਡਾਕਟਰ ਸਾਹਿਬ ਦਾ ਇੰਟਰੈਕਟਿਵ ਸੈਸ਼ਨ ਵੀ ਹੈ ਬੱਚਿਆਂ ਨਾਲ ਕਿ ਜੋ ਬੱਚਿਆਂ ਦੇ ਮਨ 'ਚ ਸਵਾਲ ਹੈ, ਜਿਹੜੇ ਇੱਕ ਦੋ ਬੰਦਿਆਂ ਨੇ ਨਸ਼ਾ ਛੱਡਿਆ ਹੈ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਰੱਖੀ ਹੈ, ਸੋ ਦੈਟ ਕੋ ਕੈਰੀ ਹੋਮ ਕਰੇ ਮੈਸੇਜ ਔਰ ਇਹਦੀ ਜਿਹੜੀ ਮੁਹਿੰਮ ਹੈ ਚੱਲਦੀ ਰਹੇ। ਬਿਲਕੁਲ ਪਏਗਾ ਜੀ। ਦੇਖੋ ਮੈਂ ਇੱਕ ਜਿਵੇਂ ਪਹਿਲਾਂ ਦੱਸਿਆ, ਇਨਫੋਰਸਮੈਂਟ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਕਿ ਪੁਲਿਸ ਫੜ ਲੈਂਦੀ ਹੈ ਨਸ਼ਾ, ਹੋਰ ਸਪਲਾਈ ਚੇਨ ਤੋੜਦੀ ਹੈ। ਅਸੀਂ ਡਿਮਾਂਡ ਵੀ ਤੋੜਨੀ ਹੈ, ਉਹਦੇ 'ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿਉਂਕਿ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹੈ ਨਾ, ਤਾਂ ਸੋਸਾਇਟੀ ਦੇ ਸਾਰੇ ਪਾਰਟਸ ਹੀ ਇਹਦੇ 'ਚ ਕੰਟਰੀਬਿਊਟ ਕਰਨ ਵਾਸਤੇ ਕਰਨਗੇ, ਫਿਰ ਇਹਨੂੰ ਆਪਾਂ ਹੋਰ ਕਾਮਯਾਬ ਹੋਵਾਂਗੇ। ਸੋ ਉਪਰਾਲਾ ਬਹੁਤ ਚੰਗਾ ਜੀ, ਸਾਡੇ ਨਵੇਂ ਕਮਿਸ਼ਨਰ ਵੀ ਆਏ ਨੇ ਔਰ ਨਵੀਂ ਸੋਚ ਲੈ ਕੇ ਆਏ ਨੇ। ਸੋ ਤੁਹਾਡੀ ਗੱਲਾਂ ਮੈਂ ਸੁਣ ਰਿਹਾ ਸੀਗਾ, ਉਹਦੇ 'ਚ ਅੱਜ ਬੜੀ ਸੋਹਣੀ ਡਿਸਕਸ਼ਨ ਇੱਥੇ ਹੋਣੀ ਹੈ, ਬੱਚਿਆਂ ਨੇ ਸਵਾਲ ਹੀ ਪੁੱਛਣੇ ਹੈ, ਸੈਕਟਰਿਸਟ ਵੀ ਆਏ ਨੇ, ਸੈਕਟਰਿਸਟ ਜਿਹੜੇ ਦਿਮਾਗੀ ਦੇ ਡਾਕਟਰ ਹੁੰਦੇ ਨੇ ਦਿਮਾਗ ਦੇ, ਉਹਨਾਂ ਨੇ ਜਵਾਬ ਦੇਣੇ ਉਹਨਾਂ ਦੇ। ਇੱਕ ਸਾਨੂੰ ਕਮਿਸ਼ਨਰ ਸਾਹਿਬ ਹੁਣੇ ਦੱਸ ਰਹੇ ਸੀ ਕਿ ਅਸੀਂ ਹੁਣ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਏ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੋਵੇ ਔਰ ਨਸ਼ਾ ਛੱਡਣਾ ਚਾਹੇ ਅਤੇ ਅਸੀਂ ਉਹਨੂੰ ਰੀਹੈਬਿਲੀਟੇਟ ਕਰਾਂਗੇ। ਸੋ ਇਹ ਬੜੇ ਪਲੱਸ ਪੁਆਇੰਟ ਨੇ, ਰੀਹੈਬਿਲੀਟੇਸ਼ਨ ਬਹੁਤ ਇੰਪੋਰਟੈਂਟ ਹੈ। ਜਿਵੇਂ ਮਿਨਿਸਟਰ ਸਾਹਿਬ ਨੇ ਦੱਸਿਆ ਕਿ 40,000 ਨੌਕਰੀਆਂ 20 ਮਹੀਨੇ ਦਿੱਤੀਆਂ ਨੇ ਔਰ ਸਾਰੀਆਂ ਮੈਰਿਟ 'ਤੇ ਗਈਆਂ ਨੇ, ਕੋਈ ਕੇਸ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਕੋਈ ਕੇਸ ਨਾ ਸਟੇ ਨਾ ਕੋਈ ਲਈ ਹੋਵੇ ਕਿਸੇ ਨੇ। ਸੋ ਇਹ ਸਾਡੀ ਉਪਰਾਲਾ ਜੀ ਕਿ ਅਸੀਂ ਬੱਚਿਆਂ ਨੂੰ ਹੋਰ ਵੀ ਕਾਰੋਬਾਰ ਦਈਏ, ਹੋਰ ਰੋਜ਼ਗਾਰ ਦਈਏ, ਬੱਚੇ ਆਪਣੇ ਸੈਲਫ ਸਫੀਸ਼ੀਐਂਟ ਹੋਣ ਤਾਂ ਕਿ ਰੀਹੈਬਿਲੀਟੇਸ਼ਨ ਦੇ ਬਾਅਦ ਉਹ ਦੁਬਾਰਾ ਨਸ਼ੇ ਦੀ ਲੱਤ ਦੁਬਾਰਾ ਨਾ ਜਾਣ ਉਸ ਬੰਨੇ। ਸਾਡੇ ਮਾਨਯੋਗ ਸੀਐਮ ਸਾਹਿਬ ਦਾ ਦੇ ਬੜੇ ਕਲੀਅਰ ਆਰਡਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਉਸੇ ਸਿਲਸਿਲੇ 'ਚ ਅਸੀਂ ਅੱਜ ਡਰੱਗ ਅਵੇਅਰਨੈਸ ਕੈਂਪੇਨ ਦਾ ਪ੍ਰੋਗਰਾਮ ਕਰ ਰਹੇ ਹਾਂ। ਕੀਤਾ ਵੀ ਵਾਰ ਮੈਮੋਰੀਅਲ ਜਾ ਰਿਹਾ, ਸੋ ਦੈਟ ਬੱਚਿਆਂ ਨੂੰ ਇੱਕ ਪੈਟਰੀਓਟਿਕ ਆਪਣੇ ਦੇਸ਼ ਭਗਤੀ ਦਾ ਜਜ਼ਬਾ ਆਵੇ। ਔਰ ਇਹ ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਅਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ, ਤਾਂ ਉਹਦੇ 'ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹਦੇ 'ਚ ਚੀਜ਼ ਐਡ ਕੀਤੀ ਹੈ, 'ਚ ਫਲੈਗ ਅੱਜ ਰਿਲੀਜ਼ ਹੋਏਗਾ ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ 'ਤੇ ਲਵਾਉਣਗੇ ਜਾਂ ਜਿਹੜੇ ਪਾਰਟੀਸਪੈਂਟਸ ਨੇ। ਇਸ ਤੋਂ ਇਲਾਵਾ ਸਟਿੱਕਰ ਹੈ ਜਿਹੜੇ ਆਪਣੇ ਆਪਣੇ ਵਹੀਕਲ 'ਤੇ ਲਾਉਣਗੇ। ਉਹਦੇ ਨਾਲ ਕੀ ਹੈ ਕਿ ਇਹਦੀ ਸਸਟੇਨੇਬਿਲਟੀ ਲਗਾਤਾਰ ਤਾਂ ਬਣੀ ਰਹੇਗੀ, ਤੁਹਾਨੂੰ ਇੱਕ ਮੁਹਿੰਮ ਦਿਖੇਗੀ। ਔਰ ਇਹ ਚੀਜ਼ਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਥਾਣਿਆਂ 'ਚ ਵੀ ਰੱਖਾਂਗੇ, ਜਿਵੇਂ ਜਿਵੇਂ ਪਬਲਿਕ ਆਉਂਦੀ ਉਹਨਾਂ ਨੂੰ ਮੋਟੀਵੇਟ ਕਰਕੇ ਇਹ ਚੀਜ਼ ਤੁਹਾਨੂੰ ਦਿਖੇਗੀ ਸਾਰੀ ਜਗ੍ਹਾ। ਕਿ ਆਹ ਫਲੈਗ ਜੇ ਮੈਂ ਆਪਣੇ ਘਰ ਦੇ ਉੱਤੇ ਲਾ ਲਿਆ, ਐਟਲੀਸਟ ਮੇਰੇ ਮਨ 'ਤੇ ਇੱਕ ਪ੍ਰੈਸ਼ਰ ਹੈ ਕਿ ਮੈਂ ਨੋ ਟੂ ਡਰੱਗਸ। ਸੋ ਉਸ ਚੀਜ਼ ਨੂੰ ਅਸੀਂ ਮੁੱਖ ਉਦੇਸ਼ ਰੱਖਿਆ। ਇਹ 'ਚ ਬੱਚਿਆਂ ਦੇ ਐਂਟਰਟੇਨਮੈਂਟ ਅਤੇ ਮੋਟੀਵੇਸ਼ਨ ਵਾਸਤੇ ਗੁਰਨਾਮ ਭੁੱਲਰ ਜਿਹੜੇ ਸਿੰਗਰ ਐਂਡ ਐਕਟਰ ਹੈ ਉਹਨੂੰ ਵੀ ਬੁਲਾਇਆ, ਬਾਕੀ ਸਾਡੇ ਲੀਗਲ ਕੁਛ ਬੰਦੇ ਨੇ, ਡਾਕਟਰ ਸਾਹਿਬ ਦਾ ਇੰਟਰੈਕਟਿਵ ਸੈਸ਼ਨ ਵੀ ਹੈ ਬੱਚਿਆਂ ਨਾਲ ਕਿ ਜੋ ਬੱਚਿਆਂ ਦੇ ਮਨ 'ਚ ਸਵਾਲ ਹੈ, ਜਿਹੜੇ ਇੱਕ ਦੋ ਬੰਦਿਆਂ ਨੇ ਨਸ਼ਾ ਛੱਡਿਆ ਹੈ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਰੱਖੀ ਹੈ, ਸੋ ਦੈਟ ਕੋ ਕੈਰੀ ਹੋਮ ਕਰੇ ਮੈਸੇਜ ਔਰ ਇਹਦੀ ਜਿਹੜੀ ਮੁਹਿੰਮ ਹੈ ਚੱਲਦੀ ਰਹੇ। ਬਿਲਕੁਲ ਪਏਗਾ ਜੀ। ਦੇਖੋ ਮੈਂ ਇੱਕ ਜਿਵੇਂ ਪਹਿਲਾਂ ਦੱਸਿਆ, ਇਨਫੋਰਸਮੈਂਟ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ
ਵੀ ਪੁਲਿਸ ਫੜ ਲੈਂਦੀ ਹੈ ਨਸ਼ਾ, ਹੋਰ ਸਪਲਾਈ ਚੇਨ ਤੋੜਦੀ ਹੈ। ਅਸੀਂ ਡਿਮਾਂਡ ਵੀ ਤੋੜਨੀ ਹੈ, ਉਹਦੇ 'ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿਉਂਕਿ ਸੋਸ਼ੋ ਇਕਨੋਮਿਕ ਪ੍ਰੋਬਲਮ ਵੀ ਹੈ ਨਾ, ਤਾਂ ਸੋਸਾਇਟੀ ਦੇ ਸਾਰੇ ਪਾਰਟਸ ਹੀ ਇਹਦੇ 'ਚ ਕੰਟਰੀਬਿਊਟ ਕਰਨ ਵਾਸ ਕਰਨਗੇ, ਫਿਰ ਇਹਨੂੰ ਆਪਾਂ ਹੋਰ ਕਾਮਯਾਬ ਹੋਵਾਂਗੇ। ਸੋ ਉਪਰਾਲਾ ਬਹੁਤ ਚੰਗਾ ਜੀ, ਸਾਡੇ ਨਵੇਂ ਕਮਿਸ਼ਨਰ ਵੀ ਆਏ ਨੇ ਔਰ ਨਵੀਂ ਸੋਚ ਲੈ ਕੇ ਆਏ ਨੇ। ਸੋ ਤੁਹਾਡੀ ਗੱਲਾਂ ਮੈਂ ਸੁਣ ਰਿਹਾ ਸੀਗਾ, ਉਹਦੇ 'ਚ ਅੱਜ ਬੜੀ ਸੋਹਣੀ ਡਿਸਕਸ਼ਨ ਇੱਥੇ ਹੋਣੀ ਹੈ, ਬੱਚਿਆਂ ਨੇ ਸਵਾਲ ਹੀ ਪੁੱਛਣੇ ਹੈ, ਸੈਕੇਟਰਿਸਟ ਵੀ ਆਏ ਨੇ, ਸੈਕੇਟਰਿਸਟ ਜਿਹੜੇ ਦਿਮਾਗੀ ਦੇ ਡਾਕਟਰ ਹੁੰਦੇ ਨੇ ਦਿਮਾਗ ਦੇ, ਉਹਨਾਂ ਨੇ ਜਵਾਬ ਦੇਣੇ ਉਹਨਾਂ ਦੇ। ਇੱਕ ਸਾਨੂੰ ਕਮਿਸ਼ਨਰ ਸਾਹਿਬ ਹੁਣੇ ਦੱਸ ਰਹੇ ਸੀ ਕਿ ਅਸੀਂ ਹੁਣ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਏ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੋਵੇ ਔਰ ਨਸ਼ਾ ਛੱਡਣਾ ਚਾਹੇ ਅਤੇ ਅਸੀਂ ਉਹਨੂੰ ਰੀਹੈਬਿਲੀਟੇਟ ਕਰਾਂਗੇ। ਸੋ ਇਹ ਬੜੇ ਪਲੱਸ ਪੁਆਇੰਟ ਨੇ, ਰੀਹੈਬਿਲੀਟੇਸ਼ਨ ਬਹੁਤ ਇੰਪੋਰਟੈਂਟ ਹੈ। ਜਿਵੇਂ ਮਿਨਿਸਟਰ ਸਾਹਿਬ ਨੇ ਦੱਸਿਆ ਕਿ 40,000 ਨੌਕਰੀਆਂ 20 ਮਹੀਨੇ ਦਿੱਤੀਆਂ ਨੇ ਔਰ ਸਾਰੀਆਂ ਮੈਰਿਟ 'ਤੇ ਗਈਆਂ ਨੇ, ਕੋਈ ਕੇਸ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਕੋਈ ਕੇਸ ਨਾ ਸਟੇ ਨਾ ਕੋਈ ਲਈ ਹੋਵੇ ਕਿਸੇ ਨੇ। ਸੋ ਇਹ ਸਾਡੀ ਉਪਰਾਲਾ ਜੀ ਕਿ ਅਸੀਂ ਬੱਚਿਆਂ ਨੂੰ ਹੋਰ ਵੀ ਕਾਰੋਬਾਰ ਦਈਏ, ਹੋਰ ਰੋਜ਼ਗਾਰ ਦਈਏ, ਬੱਚੇ ਆਪਣੇ ਸੈਲਫ ਸਫੀਸ਼ੀਐਂਟ ਹੋਣ ਤਾਂ ਕਿ ਰੀਹੈਬਿਲੀਟੇਸ਼ਨ ਦੇ ਬਾਅਦ ਉਹ ਦੁਬਾਰਾ ਨਸ਼ੇ ਦੀ ਲੱਤ ਦੁਬਾਰਾ ਨਾ ਜਾਣ ਉਸ ਬੰਨੇ।